ਤੁਸੀਂ ਕਦੀ ਇਹ ਸੋਚਿਆ ਕਿ ਕਿਸੇ ਵੀ ਜ਼ੁਬਾਨ ਨੂੰ ਮਾਂ ਬੋਲੀ ਕਿਉਂ ਕਿਹਾ ਜਾਂਦਾ ਇਹਨੂੰ ਪਿਓ ਬੋਲੀ ਵੀ ਕਿਹਾ ਜਾ ਸਕਦਾ ਸੀ ਜਦੋਂ ਨਾਂ ਰੱਖਣਾ ਸੀ ਬੋਲੀ ਦਾ ਉਦੋਂ ਇਹ ਵੀ ਕਿਹਾ ਜਾ ਸਕਦਾ ਸੀ ਕਿ ਇਹ ਪਿਓ ਬੋਲੀ ਹੈ ਕਿਉਂਕਿ ਜਦੋਂ ਸਾਡੇ ਵਿਆਹ ਹੁੰਦੇ ਨੇ ਵਿਆਹ ਤੋਂ ਬਾਅਦ ਅਸੀਂ ਆਪਣੇ ਸਰਨੇਮ ਚੇਂਜ ਕਰ ਲੈਂਦੇ ਹਾਂ ਅਸੀਂ ਆਪਣੇ ਪਤੀ ਦਾ ਸਰਨੇਮ ਸਿਰ ਆਪਣੇ ਨਾਮ ਲਗਾਉਂਦੇ ਸਾਡੇ ਜਿਹੜੇ ਨਿਆਣੇ ਜੰਮਦੇ ਨੇ ਉਹਨਾਂ ਨੂੰ ਵੀ ਸਾਡੇ ਹਸਬੈਂਡ ਦਾ ਨਾਮ ਮਿਲਦਾ ਪਰ ਬੋਲੀ ਦੇ ਵਿੱਚ ਮਾਂ ਬੋਲੀ ਕਿਉਂ ਕਿਹਾ ਜਾਂਦਾ ਇੱਕ ਤਾਂ ਇਹ ਸਾਨੂੰ ਬਹੁਤ ਠਰਮੇ ਨਾਲ ਬੜੇ ਧਿਆਨ ਦੇ ਨਾਲ ਇਸ ਗੱਲ ਨੂੰ ਸੋਚਣ ਦੀ ਲੋੜ ਹੈ ਕਿ ਮਾਂ ਬੋਲੀ ਕਿਉਂ ਕਿਹਾ ਜਾਂਦਾ ਤੇ ਤੁਹਾਡੇ ਦਿਲ ਦੇ ਵਿੱਚ ਕਈ ਵਿਚਾਰ ਆਉਣਗੇ ਵੀ ਮਾਂ ਬੋਲੀ ਇਸ ਕਰਕੇ ਕਿਹਾ ਜਾਂਦਾ ਕਿ ਜਦੋਂ ਬੱਚਾ ਪੈਦਾ ਹੁੰਦਾ ਉਹਦੀ ਜਿਹੜੀ ਪਹਿਲੀ ਜ਼ਿੰਮੇਵਾਰੀ ਹੁੰਦੀ ਹੈ ਰੱਬ ਨੇ ਬਣਾਇਆ ਹੀ ਇੱਦਾਂ ਹੈ ਕਿ ਔਰਤ ਬੱਚਾ ਪੈਦਾ ਕਰਦੀ ਹੈ ਤੇ ਫਿਰ ਜਿਹੜਾ ਉਹਦਾ ਮੁੱਢਲਾ ਟਾਈਮ ਹੁੰਦਾ ਬਾਪ ਮਦਦ ਜ਼ਰੂਰ ਕਰਦਾ ਹੈ ਪਰ ਬਾਪ ਬੱਚੇ ਨੂੰ ਆਪਣੀ ਛਾਤੀ ਦਾ ਦੁੱਧ ਨਹੀਂ ਪਿਆ ਸਕਦਾ ਮਾਂ ਪਿਆਉਂਦੀ ਹੈ ਦੁੱਧ ਸੋ ਇਹਦਾ ਮਤਲਬ ਇਹ ਹੈ ਕਿ ਜਿਹੜੀ ਮੁੱਢਲੀ ਉਹਦੀ ਵਿਦਿਆ ਹੁੰਦੀ ਜਿਹੜੀ ਉਹਦੀ ਪਹਿਲੀ ਅਧਿਆਪਕ ਹੁੰਦੀ ਹੈ ਬੱਚੇ ਦੀ ਉਹ ਉਹਦੀ ਮਾਂ ਹੁੰਦੀ ਹੈ ਮਾਂ ਨੇ ਬੋਲੀ ਸਿਖਾਉਣੀ ਹੁੰਦੀ ਹੈ ਤੇ ਇਕੱਲੀ ਮਾਂ ਨੇ ਨਹੀਂ ਸਿਖਾਉਣੀ ਹੁੰਦੀ ਜਿਹੜੀ ਮਾਂ ਹੁੰਦੀ ਹੈ ਮਾਂ ਦੇ ਰੂਪ ਦੇ ਵਿੱਚ ਬਹੁਤ ਔਰਤਾਂ ਘਰ ਦੇ ਵਿੱਚ ਹੁੰਦੀਆਂ ਨੇ ਮਾਂ ਦੇ ਰੂਪ ਦੇ ਵਿੱਚ ਦਾਦੀ ਹੁੰਦੀ ਹੈ ਮਾਂ ਦੇ ਰੂਪ ਦੇ ਵਿੱਚ ਨਾਨੀ ਹੁੰਦੀ ਹੈ ਭੂਆ ਹੁੰਦੀ ਹੈ ਮਾਸੀ ਹੁੰਦੀ ਹੈ ਮਾਮੀ ਹੁੰਦੀ ਹੈ ਚਾਚੀ ਹੁੰਦੀ ਹੈ ਤਾਈ ਹੁੰਦੀ ਹੈ ਔਰ ਹੋਰ ਬਹੁਤ ਸਾਰੇ ਰਿਸ਼ਤੇ ਵੱਡੀ ਭੈਣ ਹੁੰਦੀ ਹੈ ਔਰ ਜਿਹੜਾ ਰੋਲ ਮਾਵਾਂ ਕਿਉਂਕਿ ਇਹ ਸਾਰੇ ਰੂਪ ਮਾਵਾਂ ਦੇ ਨੇ ਜਿਹੜੀ ਵੱਡੀ ਭੈਣ ਵੀ ਹੁੰਦੀ ਹੈ ਉਹਦੇ ਵਿੱਚ ਵੀ ਮਾਂ ਦਾ ਰੂਪ ਹੁੰਦਾ ਭੂਆ ਦੇ ਵਿੱਚ ਵੀ ਮਾਂ ਦਾ ਰੂਪ ਹੁੰਦਾ ਅਤੇ ਮਾਂ ਸੀ ਉਹ ਤਾਂ ਪਹਿਲਾਂ ਹੀ ਮਾਸੀ ਮਾਂ ਵਰਗੀ ਹੁੰਦੀ ਹੈ ਅਤੇ ਦਾਦੀ ਮਾਂ ਅਸੀਂ ਕਹਿੰਦੇ ਹਾਂ ਨਾਨੀ ਮਾਂ ਕਹਿੰਦੇ ਹਾਂ ਸੋ ਕਿੰਨੀਆਂ ਮਾਵਾਂ ਦੇ ਵਿੱਚ ਜਿਹੜਾ ਬੱਚਾ ਹੈ ਉਹ ਪਹਿਲਾਂ ਜਦੋਂ ਸਾਡੇ ਸੰਯੁਕਤ ਪਰਿਵਾਰ ਹੁੰਦੇ ਸੀ ਜੁਆਇੰਟ ਫੈਮਿਲੀਜ਼ ਹੁੰਦੀਆਂ ਸੀ ਉਦੋਂ ਬੱਚੇ ਨੂੰ ਉਹਦੀ ਜ਼ੁਬਾਨ ਸਿਖਾਉਣ ਵਾਸਤੇ ਸਾਨੂੰ ਕੋਈ ਬਹੁਤੀ ਜੇ ਅਸੀਂ ਕਹੀਏ ਕਿ ਬਹੁਤ ਜ਼ਿਆਦਾ ਸਾਨੂੰ ਕੋਈ ਟਰਾਈ ਕਰਨੀ ਪੈਂਦੀ ਸੀ ਕੋਸ਼ਿਸ਼ ਕਰਨੀ ਪੈਂਦੀ ਸੀ ਸਾਨੂੰ ਨਹੀਂ ਕਰਨੀ ਪੈਂਦੀ ਸੀ ਸਹਿਜ ਸੁਭਾਅ ਬੱਚੇ ਜਿਹੜੇ ਸੀ ਆਪਣੀ ਬੋਲੀ ਆਪਣੀ ਜ਼ੁਬਾਨ ਸਿੱਖ ਲੈਂਦੇ ਸੀ ਹੁਣ ਅਗਲਾ ਸਵਾਲ ਮੈਂ ਇਹ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਆਪ ਨੂੰ ਪੁੱਛਿਓ ਕਿ ਕੀ ਜਿਹੜੀ ਮਾਂ ਬੋਲੀ ਹੈ ਇਹ ਸਿਰਫ ਇੱਕ ਜ਼ੁਬਾਨ ਹੈ ਮਾਂ ਬੋਲੀ ਜਿਹੜੀ ਹੈ ਕੀ ਇਹ ਸਿਰਫ ਇੱਕ ਬੋਲੀ ਹੈ ਕਿਉਂਕਿ ਜਿਹੜੀ ਬੋਲੀ ਹੈ ਆਪਾਂ ਅੱਜ ਇਸ ਦੇਸ਼ ਦੇ ਵਿੱਚ ਆਏ ਹਾਂ ਅਸੀਂ ਆਪਣੇ ਕੰਮ ਕਾਰ ਦੇ ਵਾਸਤੇ ਅਸੀਂ ਅੰਗਰੇਜ਼ੀ ਬੋਲਦੇ ਹਾਂ ਜਿਹੜੇ ਲੋਕ ਫਰਾਂਸ ਚਲ ਜਾਂਦੇ ਨੇ ਉਹ ਫ੍ਰੈਂਚ ਬੋਲਣ ਲੱਗ ਪੈਂਦੇ ਨੇ ਜਿਹੜੇ ਇਟਲੀ ਜਾਂਦੇ ਨੇ ਉਹ ਇਟੈਲੀਅਨ ਬੋਲਣ ਲੱਗ ਜਾਂਦੇ ਨੇ ਸੋ ਅਸੀਂ ਆਪਣੀ ਜਿੰਨਾ ਕੁ ਸਾਨੂੰ ਕੰਮ ਸਾਰਨ ਵਾਸਤੇ ਕੋਈ ਜ਼ੁਬਾਨ ਦਾ ਨੌਲੇਜ ਚਾਹੀਦਾ ਹੁੰਦਾ ਜਾਂ ਜਿੰਨੀ ਜਾਣਕਾਰੀ ਚਾਹੀਦੀ ਹੁੰਦੀ ਅਸੀਂ ਉਹ ਜ਼ੁਬਾਨ ਸਿੱਖ ਲੈਂਦੇ ਹਾਂ ਪਰ ਕਦੀ ਤੁਸੀਂ ਇਹ ਸੋਚਿਆ ਵੀ ਜਿਹੜਾ ਰਹਿਣ ਸਹਿਣ ਹੁੰਦਾ ਜੇ ਤੁਸੀਂ ਇਟਲੀ ਚਲੇ ਵੀ ਜਾਓ ਇਟੈਲੀਅਨ ਬੋਲ ਵੀ ਲਵੋ ਤੁਹਾਡਾ ਜਿਹੜਾ ਰਹਿਣ ਸਹਿਣ ਹੈ ਉਹ ਇਟੈਲੀਅਨ ਨਹੀਂ ਹੋ ਸਕਦਾ ਉਹ ਰਹੇਗਾ ਪੰਜਾਬੀ ਜੇ ਤੁਸੀਂ ਪੰਜਾਬ ਤੋਂ ਆਏ ਹੋ ਤਾਂ ਤੁਹਾਡਾ ਪੰਜਾਬੀ ਹੋਏਗਾ ਔਰ ਇਸੇ ਤਰ੍ਹਾਂ ਹੀ ਜਿਹੜਾ ਕੋਈ ਦੂਸਰੇ ਦੇਸ਼ ਦਾ ਬਸ਼ਿੰਦਾ ਸਾਡੇ ਦੇਸ਼ ਦੇ ਵਿੱਚ ਆਏਗਾ ਉਹ ਸਾਡੀ ਜ਼ੁਬਾਨ ਸਿੱਖ ਜ਼ਰੂਰ ਲਏਗਾ ਪਰ ਉਹ ਆਪਣੇ ਰੀਤੀ ਰਿਵਾਜ਼ ਜਿਹੜੇ ਨੇ ਉਹ ਉਹਨਾਂ ਦੇ ਹੋਣਗੇ ਹੁਣ ਥੋੜ੍ਹਾ ਜਿਹਾ ਧਿਆਨ ਦੇਣ ਦੀ ਇਹ ਲੋੜ ਹੈ ਕਿ ਮੈਂ ਉਹ ਕਿਹੜੀਆਂ ਚੀਜ਼ਾਂ ਦੀ ਗੱਲ ਕਰ ਰਹੀ ਹਾਂ ਜਿਹੜਾ ਸਾਡਾ ਰਹਿਣ ਸਹਿਣ ਹੈ ਇਹ ਕਿਹੜੀ ਚੀਜ਼ ਹੈ ਸਾਡੇ ਸੰਸਕਾਰ ਕੀ ਚੀਜ਼ ਨੇ ਅਸੀਂ ਅੱਗੇ ਪੈਰੀ ਹੱਥ ਲਾਉਣ ਦੀ ਗੱਲ ਕੀਤੀ ਅਤੇ ਉਹਦੇ ਉੱਪਰ ਕੁਛ ਵਿਚਾਰ ਹੋਏ ਕਿ ਲਾਉਣੇ ਚਾਹੀਦੇ ਹੈ ਨਹੀਂ ਲਾਉਣੇ ਚਾਹੀਦੇ ਇਹ ਇੱਕ ਅਲੱਗ ਟੌਪਿਕ ਹੈ ਪਰ ਤੁਸੀਂ ਕਦੀ ਇਹ ਸੋਚਿਆ ਕਿ ਅਸੀਂ ਅਕਸਰ ਇਹ ਗੱਲ ਕਰਦੇ ਹਾਂ ਕਿ ਅੱਜ ਕੱਲ੍ਹ ਬੱਚੇ ਮਾਂ ਬਾਪ ਨਾਲ ਪਿਆਰ ਨਹੀਂ ਕਰਦੇ ਸਾਡੇ ਰਿਸ਼ਤਿਆਂ ਦੀਆਂ ਦੂਰੀਆਂ ਵੱਧ ਗਈਆਂ ਨੇ ਲੋਕ ਆਪਸ ਦੇ ਵਿੱਚ ਜਿਵੇਂ ਪਹਿਲਾਂ ਖੜ੍ਹਦੇ ਸੀ ਇੱਕ ਦੂਜੇ ਲਈ ਉੱਦਾਂ ਹੁਣ ਖੜ੍ਹਦੇ ਨਹੀਂ ਹੈਗੇ ਇਹਦੇ ਬਾਰੇ ਬਹੁਤ ਧਿਆਨ ਨਾਲ ਸੋਚਣ ਦੀ ਲੋੜ ਹੈ ਵੀ ਇੱਦਾਂ ਕਿਉਂ ਹੋ ਰਿਹਾ ਮੈਂ ਇਹ ਨਿਚੋੜ ਕੱਢਿਆ ਕਿ ਇਹ ਇਸ ਕਰਕੇ ਹੋ ਰਿਹਾ ਕਿ ਅਸੀਂ ਆਪਣੀ ਮਾਂ ਬੋਲੀ ਤੋਂ ਦੂਰ ਹੋ ਰਹੇ ਹਾਂ ਮਾਂ ਬੋਲੀ ਤੋਂ ਦੂਰ ਹੋਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਬੋਲੀ ਦੇ ਸ਼ਬਦ ਨਹੀਂ ਆਉਂਦੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਉਹਦੀ ਡੂੰਘਾਈ ਹੈ ਅਸੀਂ ਉਹ ਸਿੱਖ ਕੇ ਵੀ ਨਹੀਂ ਸਿੱਖੇ ਹੈਗੇ ਗਾਂ ਅਸੀਂ ਉਹ ਆਪਣੀਆਂ ਜਨਰੇਸ਼ਨਸ ਨੂੰ ਪਾਸ ਆਨ ਨਹੀਂ ਕਰ ਰਹੇ 2011 ਦੇ ਵਿੱਚ ਸੈਂਸਿਸ ਹੋਏ ਅਤੇ ਜਿਹੜੀ ਪੰਜਾਬੀ ਬੋਲੀ ਸੀ ਇਸ ਦੇਸ਼ ਦੇ ਵਿੱਚ ਤੀਜੇ ਨੰਬਰ 'ਤੇ ਸੀ 2021 ਦੇ ਵਿੱਚ ਸੈਂਸਿਸ ਹੋਏ ਤਾਂ ਉਹਦੇ ਵਿੱਚ ਸਾਡੀ ਜਿਹੜੀ ਬੋਲੀ ਹੈ ਉਹ ਚੌਥੇ ਨੰਬਰ 'ਤੇ ਆ ਗਈ ਚੌਥੇ ਨੰਬਰ 'ਤੇ ਕਿਉਂ ਆਈ ਕਿਉਂਕਿ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਪੰਜਾਬੀ ਹੋ ਕੇ ਵੀ ਆਪਣੇ ਆਪ ਨੂੰ ਪੰਜਾਬੀ ਕਹਿਣਾ ਪਸੰਦ ਨਹੀਂ ਕਰਦੇ ਉਹਨਾਂ ਨੂੰ ਇੱਕ ਹੀਣ ਭਾਵਨਾ ਮਹਿਸੂਸ ਹੁੰਦੀ ਹੁਣ ਮੈਂ ਤੁਹਾਡੇ ਸਾਹਮਣੇ ਖਲੋ ਕੇ ਗੱਲ ਕਰ ਰਹੀ ਹਾਂ ਅਤੇ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਮੈਂ
शुद्ध तरीके नाल पंजाबी बोलां और मेरी यह भी कोशिश हुंदी है कि अपने बच्चों भी यह चीज़ सिखावां ते उन्हां दे दिल दे विच इह गल भरां कि पंजाबी होना कोई हीन भावना वाली गल नहीं हैगी। पंजाबी साडी जुबान है, साडी बोली है, साडा असीं जदों टेबल ते बैठदे हां कि जे घर दे विच कोई आउंदा है ते उसदा स्वागत किवें करना है, असीं किसी नूं सति श्री अकाल जां सलाम अलैकुम किवें कहना है, जे साडे नाल कोई धी भैण रहिंदी है असीं उहदे नाल गल किवें करनी है, जे असीं बाहर जाणा है ते किसी वड्डे जे कोई वड्डा मिलदा है ते उहनूं किस तरीके नाल बुलाउणा है। हुण गोरियां दा कल्चर ते इह हैगा कि कोई तुहाडे अंकल आंटी दी एज दा भी है, उस उमर दा भी है ते असीं उहनां दे नाम नाल बुलाउने आ, पर तुसीं साडी कदी इदां जरूरत हुंदी सी वी पंजाब दे विच असीं किसी नूं किसी दा नाम लै के बुला सकदे? जे कोई बाप की उम्र है तो उसनू असी उसे चाचा ताया जो भी साडा रिश्ता, जे असी नानके जाते सी तो उत्थे सारे मामे मामियां ही होंदे सी। जिहड़ी वो अपनत सी वो अपनत अज गुम गई है, क्योंकि असी अपने बच्चों बेशक पंजाबी के कुछ लफ्ज़ जरूर सिखा रहे, असी बच्चों ये कह रहे हैं बच्चे सत श्री अकाल बुला दे, पर उन्होंने असी अंदरली जिहड़ी गल है अंदरली जिहड़ी डूंघाई है वह नहीं समझा पा रहे, असी अपने संस्कार नहीं समझा पा रहे कि साडे की सन। दादियां नानियां सानू छोटे हुंदिया नू कहानियां सुनाउंदियां हुंदियां सी और वह कहानियां बड़ियां ही सधारण जिहियां कहानियां हुंदियां सन। तुहानू याद होएगी लक्कड़हारे की कहानी कि उहने किवें लक्कड़ां अलग अलग कर दित्तियां, सेब एक सेब खराब सी बाकी सेब खराब हो गए, चिड़ी कां की कहानी, प्यासे कां की कहानी की होया, वह जिहड़ियां निक्कियां निक्कियां गल्लां सी उहदे विच बहुत वड्डा सुनेहा सी। सिर्फ चिड़ी कां की कहानी नहीं सी, उहदे विच सानू एक बहुत वड्डी सिक्ख्या दित्ती गई सी वी जे एक सेब खराब हो गया बाकी उहदे नाल खराब हो गए ते बुरी संगत तों दूर रहना। खरगोश ते कछू कमे वाली कहानी सिखा के साडी दादी नानी सानू इह समझाउंदी सी कि बहुत ज़्यादा जिहड़ा तेजी नाल वी अगे वधना इह कोई बहुत वड्डी गल नहीं हुंदी, सहज पके सो मीठा हो। इस तरह दीआं अणगिणत कहानियां अणगिणत कहावतां दे विच असीं जम्मे पले और साडीआं दादीआं नानीआं ने सानू उह गल्लां समझाईआं ते अज साडे विच ओह संस्कार ने। साडा इह फर्ज़ बनदा है कि असीं थोड़ी थोड़ी कोशिश करदे रहिए, इस गल नूं इह ना सोचिए कि साडे कल्लिआं दी कोशिश नाल की फर्क पएगा। एक बच्चा साडा जे पंजाबी बोलण भी लग जाएगा असीं उहनूं अपने संस्कार समझा भी देवांगे, असीं उहनूं रिश्तिआं दी कदर समझा भी देवांगे ते इहदे नाल समाज किन्ना कु फर्क पएगा। पर मैं तुहानूं इक गल दसदी हां, जे अज असीं मावां ने इस गल दा ध्यान ना दित्ता, जे असीं ध्यान ना दिता तो यह जिहड़ा दोष है ना ये साढ़े सिर लगना है, ये किसी होर दे सिर ते नहीं लगना, क्योंकि मैं गल जिथों शुरू की सी कि यह माँ बोली है ये प्यो बोली नहीं हैगी। सो इस करके मावां नूं चाहे असीं भैण आ चाहे असीं मासी आ, असीं किसी ना किसी तरीके नाल अपने न्याणियां नूं अपने जवाकां नूं अपने बच्चियां नूं जो भी तुसीं कहिंदे हो उहनां नूं असीं अपनी जुबान दे नाल जोड़िए, भावें दिन दा एक शब्द ही उहनां नूं दसो भावें दो ही शब्द उन्होंने दसो पर कदर कीमत की गल भी जरूर दसो, ता ही असी एक वधिया समाज बना सकते हैं, ता ही असली पंजाबी जी ज्यूंदी रहेगी। नहीं तो चुनिया जिन्या मर्जी असी सोहनिया कक्के कखे वाली लै लीए यदा कोई फायदा नहीं, साडिया चुनिया पार्टियां ही रहनगियां जे असी अपने बच्चों वो डूंघाई वाली सिक्ख्या नहीं देवे। सो पंजाबी दे नाल नाल सानू पंजाबी माँ बोली की डूंघाई सिखाने की लोड़ है, अपने घर तो इस चीज़ की शुरुआत करन की लोड़ है और सानू मावां नू इस गल की जिम्मेवारी लैण की लोड़ है। भावें थोड़ा थोड़ा वक्त भी असी देईए, बच्चे गिल्ली मिट्टी की तरह के होंदे ने, उन्होंने जिहड़ी असी गल समझावांगे सानू कई बार इदां लगदा हुंदा कि बच्चे ने साडी गल सुनी नहीं, पर मैं तुहानू इह गल दसदी हां बच्चे साडी गल सुणदे हुंदे ने, भावें साडे नाल गुम बोल भी पैण पर जिहड़ी गल एक वारी दो वारी तीन वारी असी हौली हौली करदे रहांगे ते ओह बच्चे जरूर सुणगे। एक होर छोटी जी गल उस तों बाद मैं अपनी गलबात जिहड़ी उहनूं फिनिश करांगी कि जिहड़ी गल असी अपने बच्चियां नूं कहिंदे आ कि साडे बच्चे करन, ਉਹ ਸਾਨੂੰ ਪਹਿਲਾਂ ਖੁਦ ਆਪਣੇ ਆਪ ਨੂੰ ਕਰਨੀ ਪਏਗੀ, ਸਾਨੂੰ ਰੋਲ ਮਾਡਲ ਬਣਨਾ ਪਏਗਾ, ਸਾਨੂੰ ਉਹਨਾਂ ਦੇ ਲਈ ਉਦਾਹਰਣ ਬਣਨੀ ਪਏਗੀ। ਜੇ ਅਸੀਂ ਆਪਣੇ ਬੱਚਿਆਂ ਨੂੰ ਕਹਿੰਦੇ ਹਾਂ ਕਿ ਬੱਚੇ ਸਿਗਰਟ ਨਹੀਂ ਪੀਣੀ, ਸ਼ਰਾਬ ਨਹੀਂ ਪੀਣੀ, ਮੰਨ ਲਓ ਪਰ ਰੋਜ਼ ਬਾਪ ਘਰ ਆ ਕੇ ਸ਼ਰਾਬ ਪੀਂਦਾ ਅਤੇ ਉਹ ਸੁਨੇਹਾ ਜਿਹੜਾ ਉਹ ਬਿਲਕੁਲ ਉੱਥੇ ਉਹਦਾ ਮਤਲਬ ਨੈਗੇਟਿਵ ਤੁਸੀਂ ਕਾਟਾ ਮਾਰ ਦਿਓ ਉਹਦੇ ਉੱਪਰ, ਕਿਉਂਕਿ ਜੋ ਤੁਸੀਂ ਬੱਚਿਆਂ ਨੂੰ ਕਹਿ ਰਹੇ ਹੋ ਉਹ ਤੁਸੀਂ ਆਪ ਤਾਂ ਕਰ ਨਹੀਂ ਰਹੇ।